ਸੁਧੀਰ ਸੂਦ, ਮੈਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦੀ ਹਾਂ, ਰੇਲਵੇ ਮਿਨਿਸਟਰ ਦਾ ਬਹੁਤ ਧੰਨਵਾਦੀ ਹਾਂ, ਸਪੈਸ਼ਲੀ ਸਾਂਪਲਾ ਜੀ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਮੈਨੂੰ ਫਿਰੋਜ਼ਪੁਰ ਡਿਵੀਜ਼ਨ ਦਾ ਰੇਲਵੇ ਦਾ ਮੈਂਬਰ ਬਣਾਇਆ। ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ ਭਾਰਤੀ ਜਨਤਾ ਪਾਰਟੀ ਜਿਤਾਉਣ ਦੀ, ਜੋ ਨੀਤੀਆਂ ਭਾਰਤੀ ਜਨਤਾ ਪਾਰਟੀ ਹੈਗੀਆਂ ਉਹਨਾਂ ਨੂੰ ਅੱਗੇ ਪਹੁੰਚਾਉਣ ਦੀ। ਸਾਰੇ 38 ਭਰਾ ਅਸੀਂ ਵੱਧ ਰਲ ਕੇ ਨਵੀਂ ਜਿਹੜੀ ਹੈਗੀ ਆ ਕੈਬਨਿਟ 'ਚ ਮੋਦੀ ਸਾਹਿਬ ਨੂੰ ਅੱਗੇ ਲਿਆਵਾਂਗੇ। ਸ਼ੁਕਰੀਆ। ਸ਼੍ਰੀ ਸੁਧੀਰ ਸੂਦ ਜੀ ਨੂੰ ਡਿਵੀਜ਼ਨ ਰੇਲਵੇ ਦਾ ਇਹਨਾਂ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਮੈਂ ਆਪਣੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਕਿ ਹੁਸ਼ਿਆਰਪੁਰ ਦੇ ਜਿਹੜੀਆਂ ਸਮੱਸਿਆਵਾਂ ਆ ਉੱਥੇ ਜਾ ਕੇ ਜੇ ਮੀਟਿੰਗ ਦੇ ਵਿੱਚ ਡਿਸਕਸ ਕਰਨਗੇ ਅਤੇ ਹੁਸ਼ਿਆਰਪੁਰ ਦੀ ਰੇਲਵੇ ਸਟੇਸ਼ਨ ਜਾਂ ਹੋਰ ਪੈਸੰਜਰ ਨੂੰ ਜਿਹੜੀਆਂ ਸਮੱਸਿਆਵਾਂ ਆਦੀਆਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਧੰਨਵਾਦ। ਹੁਸ਼ਿਆਰਪੁਰ ਦਾਣਾ ਮੰਡੀ ਦੇ ਤਰਫੋਂ ਰੇਲਵੇ ਬੋਰਡ ਦਾ ਪ੍ਰਧਾਨ ਮੈਂਬਰ ਸ਼੍ਰੀ ਸੁਧੀਰ ਸੂਦ ਨੂੰ ਬਣਾਉਣ 'ਤੇ ਰੇਲਵੇ ਬੋਰਡ ਦਾ ਅਤੇ ਸਾਂਪਲਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ। ਮੈਂ ਆਪਣੇ ਸਾਰੇ ਆੜ੍ਹਤੀਆਂ ਭਰਾਵਾਂ ਵੱਲੋਂ ਰੇਲਵੇ ਬੋਰਡ ਦਾ ਅਤੇ ਸ਼੍ਰੀ ਸਾਂਪਲਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪ੍ਰਧਾਨ ਸੁਧੀਰ ਸੂਦ ਜੀ ਨੂੰ ਮੈਂਬਰ ਦਾ ਬੋਰਡ ਬਣਾਇਆ ਜੀ। ਧੰਨਵਾਦ ਜੀ। ਦੋਸਤੋ, ਇਸ ਮੌਕੇ ਪਰ ਹਮਾਰੀ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ ਔਰ ਹਾਂ, ਬੈਲ ਕਾ ਆਇਕਨ ਜ਼ਰੂਰ ਦਬਾ ਦੇ ਤਾਕਿ ਆਪਕੇ ਸ਼ਹਿਰ ਕੀ ਲੇਟੈਸਟ ਨਿਊਜ਼ ਆਪਕੇ ਮੋਬਾਈਲ ਫੋਨ ਪਰ ਸਬਸੇ ਪਹਿਲੇ ਪ੍ਰਾਪਤ ਹੋ ਸਕੇ ਔਰ ਹਾਂ, ਹਮਾਰੇ ਫੇਸਬੁੱਕ ਪੇਜ ਕੋ ਵੀ ਆਪ ਲਾਈਕ ਕਰੇ, ਸ਼ੇਅਰ ਕਰੇ ਔਰ